ਚੱਲ ਸਾਰੇ ਜਾਣੇ ਦੇ ਤਾਂ ਸਭ ਤੋਂ ਪਹਿਲਾਂ ਤਾਂ ਯਾਰ ਜੇਕਰ ਤੁਸੀਂ ਕੱਲ੍ਹ ਵਾਲਾ ਵਲੋਗ ਨਹੀਂ ਵੇਖਿਆ ਤਾਂ ਵੇਖ ਲਓ ਆਪਾਂ ਮੇਲੇ ਗਏ ਹਾਂ ਬੜੇ ਮਜ਼ੇ ਕੀਤੇ ਸੀ ਠੀਕ ਹੈ ਨਹੀਂ ਵੇਖਿਆ ਤਾਂ ਵੇਖ ਲਿਓ ਵੇਖ ਲਿਆ ਤਾਂ ਬਹੁਤ ਵਧੀਆ ਗੱਲ ਹੈ ਠੀਕ ਹੈ ਉਹ ਵੀ ਵੇਖ ਲਿਓ ਠੀਕ ਹੈ ਬਾਕੀ ਅੱਜ ਆਪਾਂ ਬਸ ਉੱਦਾਂ ਹੀ ਵਿਹਲੇ ਬੈਠੇ ਹੋਏ ਹਾਂ ਅਤੇ ਹੁਣ ਆਪਾਂ ਚੱਲੇ ਹਾਂ ਥੋੜ੍ਹਾ ਬਾਜ਼ਾਰ ਜ਼ਰੂਰ ਘੁੰਮ ਕੇ ਆਉਂਦੇ ਮੈਂ ਉੱਥੇ ਥੋੜ੍ਹਾ ਤੁਰ ਫਿਰ ਕੇ ਆਉਂਦੇ ਹਾਂ ਉਹ ਆ ਕੀ ਗੁਰੂ ਆ ਬਾਜ਼ਾਰ 'ਚ ਦੁਕਾਨਾਂ ਦੁਕਾਨਾਂ ਬੰਦ ਹੈ ਦੁਪਹਿਰ ਦੇ ਵੇਲੇ ਬੰਦ ਕਰ ਦਿੰਦੇ ਆ ਕੀ ਮੈਨੂੰ ਪਤਾ ਨਹੀਂ ਬੰਦ ਜੇ ਵਰ ਗਈ ਹੈ ਕੋਈ ਦਿਖ ਨਹੀਂ ਦਿਆ ਦੂਰ ਦੂਰ ਤਾਈ ਮੈਂ ਤਾਂ ਗੁਰੂ ਆ ਬਾਹਰ ਗਿਆ ਅਤੇ ਪੁੱਠੇ ਪੈਰੀਂ ਵਾਪਸ ਆ ਗਿਆ ਉੱਥੋਂ ਬਾਜ਼ਾਰ 'ਚੋਂ ਕਿਉਂਕਿ ਗਰਮੀ ਬੜੀ ਜ਼ਿਆਦਾ ਹੈ ਦੁਕਾਨਾਂ ਦੁਕਾਨਾਂ ਬੰਦ ਦੀਆਂ ਹੋਈਆਂ ਪਚੱਦੀਆਂ ਹੋਈਆਂ ਪਈਆਂ ਪਰ ਉੱਥੇ ਜੋ ਮੈਂ ਚੀਜ਼ ਵੇਖੀ ਨਾ ਉਹ ਵੇਖ ਕੇ ਤੁਸੀਂ ਮੰਨੋਗੇ ਨਹੀਂ ਮੈਂ ਮੰਨੋ ਕਿਉਂ ਨਹੀਂ ਮੈਂ ਦੱਸੂੰਗਾ ਤਾਂ ਮੰਨਣਾ ਪਊਗਾ ਉੱਥੇ ਗੁਰੂ ਮੈਂ ਰੇਹੜੀ ਵੇਖੀ ਟਮਾਟਰਾਂ ਦੀ ਪਤਾ ਕੀ ਲਿਖਿਆ ਉੱਤੇ ਟਮਾਟਰ 200 ਰੁਪਏ ਕਿਲੋ ਸੈਲਫੀ 25 ਰੁਪਏ ਕਿਲੋ ਮਤਲਬ ਮੈਨੂੰ ਲੱਗਦਾ ਸਾਰੇ ਸਨੈਪਚੈਟ ਵਾਲੇ ਉੱਥੇ ਹੀ ਆ ਗਏ ਟਮਾਟਰਾਂ ਨਾਲ ਸੈਲਫੀਆਂ ਖਿੱਚਣ ਦੇ ਹੀ ਸ਼ੋ ਆਫ ਕਰ ਲਈ ਅਗਲੇ ਨੇ ਲਿਖ ਕੇ ਲਾਤਾ ਕਿ ਸੈਲਫੀ ਲੈਣੀ ਹੈ 25 ਰੁਪਏ ਦੇ ਦਿਓ ਅਤੇ ਮੈਂ ਭਰਾ ਸ਼ੂਟ ਨਹੀਂ ਕੀਤਾ ਪਤਾ ਲੱਗਾ ਕਹਵੇ ਵਲੋਗ ਆ ਗਿਆ ਮੇਰਾ ਤੂੰ 50 ਕੱਢ ਠੀਕ ਹੈ ਆਪਾਂ ਆ ਗਏ ਉੱਥੋਂ ਚੁੱਪ ਕਰਕੇ ਹੁਣ ਆਪਾਂ ਘਰ ਆ ਗਏ ਹਾਂ ਅਤੇ ਗਰਮੀ ਵਾਹਵਾ ਹੈ ਮੈਂ ਛੋਟਾ ਜਿਹਾ ਸੋਚਿਆ ਕਿ ਆਪਾਂ ਬਣਾਉਂਦੇ ਹਾਂ ਅੱਜ ਮੈਂਗੋ ਸ਼ੇਕ ਕਿਉਂਕਿ ਮੈਂਗੋ ਸ਼ੇਕ ਬਣਾਉਣ ਦਾ ਅਤੇ ਆਪਾਂ ਫਿਰ ਥੋੜ੍ਹਾ ਬਹੁਤ ਸਮਾਨ ਸਮੂਨ ਜਿਹਾ ਵੀ ਲੈ ਆਏ ਹਾਂ ਤੁਹਾਨੂੰ ਦਿਖਾਉਣਾ ਰੁਕੋ ਨੰਬਰ 1 ਜਿਵੇਂ ਕਿ ਆਹ ਦੁੱਧ ਠੀਕ ਆ ਫਿਰ ਖੰਡ ਅਤੇ ਫਿਰ ਅੰਬ ਮੇਰੇ ਖਿਆਲ ਨਾਲ ਇਹਨਾਂ ਅੰਬਾਂ ਦਾ ਹੀ ਬਣਦਾ ਬਾਕੀ ਪਤਾ ਨਹੀਂ ਬਸ ਬਣਾ ਲੈਣਾ ਹੁਣ ਆਪਾਂ ਇਹ ਪਤਾ ਕੀ ਹੋਇਆ ਜੀ ਅੰਬ ਲਿਆਉਂਦੇ ਸੀ ਖਾਣ ਨੂੰ ਠੀਕ ਆ ਅਤੇ ਮੈਂ ਨਾ ਆਪਣਾ ਅੰਬ ਖਾਧਾ ਹੀ ਨਹੀਂ ਮੇਰੇ ਰਾਤੀ ਦਿਮਾਗ 'ਚ ਆਇਆ ਕਿ ਮੈਂ ਬਣਾਉਂਗਾ ਮੈਂਗੋ ਸ਼ੇਕ ਅਤੇ ਮੈਂ ਫਿਰ ਅੰਬ ਖਾਧਾ ਹੀ ਨਹੀਂ ਮੈਂ ਕਿਹਾ ਮੈਂ ਮੈਂਗੋ ਸ਼ੇਕ ਹੀ ਬਣਾਉਣਾ ਹੈ ਫਿਰ ਮੇਰਾ ਖਲਿਆ ਆਪਣੇ ਵਾਲੇ ਅੰਬ ਅਤੇ ਹੁਣ ਇਹਨਾਂ ਮੈਂਗੋ ਸ਼ੇਕ ਬਣਾਊਗਾ ਫਟਾਫਟ ਮਿਕਸੀ ਫੜਦੇ ਹਾਂ ਫਿਰ ਆਪਾਂ ਪਹਿਲਾਂ ਆਪਣਾ ਜੱਗ ਜਿਹਾ ਲੈ ਲਿਆ ਜੇ ਇਹਦੇ ਵਿੱਚ ਸਾਰਾ ਕੁਝ ਘੂਲ ਘੂਲ ਕੇ ਖੁੱਲ ਜਾਵੇ ਘੋਲ ਘੂਲ ਕੇ ਕਰ ਦਾਂਗੇ ਪਹਿਲਾਂ ਤਾਂ ਅੰਬ ਉਂਬ ਕੱਟ ਕੇ ਤਾਂ ਕਰਦੇ ਇਹਨਾਂ ਨੂੰ ਕੋਈ ਨਾ ਕੋਈ ਤਾਂ ਕਰੀ ਦੇਵਾਂਗੇ ਇਹਨਾਂ ਦਾ ਇਹ ਤਾਂ ਕੱਟਿਆ ਨਹੀਂ ਆਉਂਦਾ ਥੋੜ੍ਹਾ ਸਖਤ ਆ ਮੰਮੀ ਨੇ ਕਿਹਾ ਖਿਲਾਰਾ ਨਹੀਂ ਪਾਉਣਾ ਮੈਨੂੰ ਲੱਗਦਾ ਖਾਈ ਜਾਣਾ ਚਮਚ ਫੜਦੀ ਰੋਜ ਮੈਂ ਨਾ ਪਾਲਾ ਫਿਰ ਬਣਾਉਂਦੇ ਵੀਡੀਓ ਅੰਬ ਬਣਾ ਇੰਨੀ ਮਿਹਨਤ ਕਰ ਲਈ ਟੁੱਟ ਕੇ ਤਾਂ ਯਾਰ ਹੁਣ ਆਪਾਂ ਅੰਬ ਨੂੰ ਬਾਅਦ ਬਸ ਛਿੱਲਾ ਰਹਿ ਗਈਆਂ ਨੇ ਪੂਰਾ ਇਹਦੇ ਵਿੱਚ ਪਲਪ ਜ਼ਿਆਦਾ ਪਾ ਦਿੱਤਾ ਹੈ ਖੰਡ ਖੁੰਡ ਜਿਹੀ ਪੈ ਜੂਗੀ ਹੁਣ ਵਾਹ ਕੁਝ ਕਰਦੇ ਰੋਜ਼ ਚਲੋ ਯਾਰ ਹੁਣ ਨਾ ਆਪਣਾ ਸਭ ਤੋਂ ਪਹਿਲਾਂ ਚਲੋ ਇਹਦੇ ਵਿੱਚ ਜਾਊਗਾ ਦੁੱਧ ਫਿਰ ਮੁੜ ਕੇ ਖੰਡ ਜਾਂਦੇ ਸਾਰਾ ਕੁਝ ਜਾਂਦੇ ਇੱਕ ਗਲਾਸ ਪਾਣੀ ਪਾਈ ਦਿੰਦੇ ਹਾਂ ਇੰਨਾ ਕਾਫੀ ਬਣਾਉਣਾ ਹੈ ਹੁਣ ਬਾਬਾ ਮੈਂਗੋ ਸ਼ੇਕ ਵਾਲੇ ਬਣਾਉਣ ਜਾ ਰਹੇ ਨੇ ਤਗੜਾ ਤਗੜਾ ਮੈਂਗੋ ਸ਼ੇਕ ਜੋ ਕਿ ਕਿੱਦਾਂ ਬਣ ਚਲੋ ਲਓ ਮੈਂ ਡੀਜੇ ਡੀਜੇ ਰਾਜੇ ਬਣਿਆ ਨਹੀਂ ਬਣਿਆ ਤਾਂ ਮੈਨੂੰ ਹਾਈ ਗੱਲ ਝੱਗ ਜੀ ਵੀ ਲਿਆ ਮੇਰੇ ਖਿਆਲ ਨਾਲ ਪਾਣੀ ਗਿਆ ਹੋਣਾ ਵਧੀਆ ਬਣ ਗਿਆ ਵਧੀਆ ਬਣ ਗਿਆ ਚਲੋ ਜਲਦੀ ਟੀਮ ਚਲੀ ਆਪਾਂ ਆਪਣੇ ਨਾਲ ਮੈਂਗੋ ਸ਼ੇਕ ਲੈ ਲਿਆ ਜਾ ਕੇ ਮੰਮੀ ਨੂੰ ਪਹਿਲਾਂ ਟੇਸਟ ਕਰਾਉਂਦੇ ਹਾਂ ਜੇ ਖੰਡ ਖੁੰਡ ਘੱਟ ਵੱਧ ਹੋਗੀ ਤਾਂ ਪਾ ਲਾਂਗੇ ਹੋਰ ਮੰਮੀ ਤੋਂ ਟੇਸਟ ਕਰਾ ਲਿਆ ਤਾਂ ਮੰਮੀ ਆਉਂਦੇ ਕਿ ਵਧੀਆ ਬਣਿਆ ਪਾਰਸਲ ਬਹੁਤ ਵਧੀਆ ਬਣਾਇਆ ਤੂੰ ਹੁਣ ਆਪਾਂ ਵੀ ਫਿਰ ਪੀਣ ਲੱਗੇ ਹਾਂ ਇਹਨਾਂ ਦਾ ਮੇਰਾ ਇਹ ਡਿਸੀਜਨ ਵਧੀਆ ਰਿਹਾ ਸੋ ਮੈਂਗੋ ਸ਼ੇਕ ਨਾ ਜ਼ਿਆਦਾ ਸਵਾਦ ਹੁੰਦਾ ਹੈ ਕਿ ਉੱਦਾਂ ਅੰਬ ਖਾਣ ਨਾਲੋਂ ਹੁਣ ਤਾਂ ਆਪਾਂ ਆਪਣੇ ਅੰਬ ਬਚਾ ਲਿਆ ਕਰਨੇ ਬਾਅਦ 'ਚ ਮੈਂਗੋ ਸ਼ੇਕ ਬਣਾ ਕੇ ਪੀਆ ਕਰਨਾ ਨਜ਼ਾਰੇ ਸਾਡੀ ਜ਼ਿੰਦਗੀ ਹੈ ਸ਼ਾਮ ਹੋ ਚੁੱਕੀ ਆ ਤਾਂ ਸੂਰਜ ਬਾਅਦ ਛਿਪਣੀ ਵਾਲਾ ਵਾ ਠੀਕ ਆ ਛਿਪ ਹੀ ਗਿਆ ਵਾ ਮੈਂ ਵੀਡੀਓ ਬਣਾਉਣ 'ਚ ਲੇਟ ਕਰਤੀ ਲੱਗਦਾ ਥੋੜ੍ਹੀ ਜਿਹੀ ਅਤੇ ਹੁਣ ਆਪਾਂ ਬਸ ਫਿਰ ਸੌਣ ਲੱਗੇ ਹਾਂ ਬਾਏ ਕੱਲ੍ਹ ਮਿਲਾਂਗੇ